ਹੇ ਗਾਇਸ ਵੈਲਕਮ ਬੈਕ ਹੈਲੋ ਜੀ ਸਤਿ ਸ੍ਰੀ ਅਕਾਲ ਅੱਜ ਬੜੇ ਦਿਨਾਂ ਬਾਅਦ ਜੀਡੀ ਦੇ ਦਰਸ਼ਨ ਹੋਏ ਨੇ ਸ਼ਨੈਲ ਦੇ ਨਾਲ ਹਾਂਜੀ ਉਹ ਸਾਡਾ ਹੌਸਕਰ ਵੀ ਆ ਮੇਰੇ ਕੋਲ ਨਾ ਨੀਚੇ ਕਲਾਇੰਟ ਆ ਗਿਆ ਤੇ ਮੈਂ ਹੁਣ ਬਹੁਤ ਬਿਜ਼ੀ ਹਾਂ ਤੇ ਓਕੇ ਜੀ ਤੇ ਹੁਣ ਮੈਂ ਕਰਨਾ ਕਲਾਇੰਟ ਰੈਡੀ ਹਲੇ ਹੀ ਕੱਪੜੇ ਪਾ ਕੇ ਪਰ ਆਪਾਂ ਨੂੰ ਹੈਗੀ ਅੱਜ ਪਾਰਟੀ ਆਪਾਂ ਜਾਣਾ ਦੀਪਾਂ ਦੀ ਕੇ ਘਰੇ ਕਿਉਂਕਿ ਹੈਗਾ ਜੈਸਿਕਾ ਦਾ ਬਰਥਡੇ ਸਾਰੇ ਜਣੇ ਵਿਸ਼ ਕਰ ਦਿਓ ਜੈਸਿਕਾ ਨੂੰ ਸ਼ਨੈਲ ਕਹਿ ਰਹੇ ਤੂੰ ਵੀ ਹੈਪੀ ਬਰਥਡੇ ਜੈਸਿਕਾ ਹੈਪੀ ਬਰਥਡੇ ਜੈਸਿਕਾ ਅਬ ਜੈਸਿਕਾ ਦੇ ਬਰਥਡੇ ਤੇ ਚੱਲੇ ਹਨ ਐਕਸਾਈਟਿਡ ਹਾਂ ਸੋਹਣੇ ਕੱਪੜੇ ਪਾਏਗਾ ਚਲੇ ਤਾਂ ਹੁਣੇ ਉੱਠੀ ਆ ਜੂੜੀ ਜੀ ਕਰੀ ਬੈਠੀ ਆ ਹਾਂਜੀ ਅਸੀਂ ਨੂੰ ਕਹਿ ਤੂੰ ਹਰ ਗੱਲ ਤੇ ਤੂੰ ਹਾਂਜੀ ਕਹਿਣਾ ਬਸ ਚਲੋ ਤੇ ਜਿਹੜੀ ਨੇ ਵੀ ਸਿਰ ਸਿਰੇ ਦਾੜੀ ਮੁਛਾ ਕਟਾਇਆ ਦੇ ਤੇ ਇਹ ਮਾਲ 'ਚ ਜਾਣਾ ਤੇ ਸੋਹਣੇ ਸੋਹਣੇ ਕੱਪੜੇ ਲੈਣ ਜਾਣਾ ਹਨਾ ਜਿਹੜੀ ਹਾਂਜੀ ਓਕੇ ਜੀ ਚਲੋ ਮਿਲਦੇ ਆ ਸਵੇਰੇ ਸਵੇਰੇ ਬਣੀ ਜਾਂਦੇ ਸੀਗੇ ਪਰੌਂਠੇ ਅੱਜ ਮੰਮੀ ਨੇ ਬਣਾਏ ਆ ਆਲੂ ਵਾਲੇ ਪਰੌਂਠੇ ਮਿਕਸਚਰ ਬਾਹਲਾ ਜ਼ਿਆਦਾ ਯੰਮੀ ਲੱਗੀ ਜਾਂਦਾ ਵਿੱਚ ਪਿਆਜ਼ ਪਾਇਆ ਧਨੀਆ ਹਰੀਆਂ ਮਿਰਚਾਂ ਗਰਮ ਮਸਾਲੇ ਸਾਰੇ ਮਸਾਲੇ ਮਸੂਲੇ ਪਾ ਕੇ ਹੁਣ ਮੈਂ ਜਿਹੜੀ ਦੀ ਰੋਟੀ ਵੀ ਪਾਉਂਦੀ ਸੀ ਅਤੇ ਮੈਂ ਆਪਣੀ ਵੀ ਪਾਉਣ ਲੱਗੀ ਹਾਂ ਅੱਜ ਮੈਂ ਫਸਟ ਟਾਈਮ ਸੋਚਿਆ ਕਿ ਆਲੂ ਵਾਲੇ ਪਰੌਂਠੇ ਖਾਂਦੀ ਹਾਂ ਕਿਉਂਕਿ ਮੈਂ ਆਲੂ ਵਾਲੇ ਬਹੁਤ ਘੱਟ ਖਾਂਦੀ ਹਾਂ ਅਤੇ ਆ ਦਹੀਂ ਪਈ ਸੀਗੀ ਅਤੇ ਮੈਂ ਪਹਿਲਾਂ ਚਾਹ ਨਾਲ ਖਾਂਦੀ ਹੁੰਦੀ ਸੀ ਹੁਣ ਮੈਂ ਸੋਚਿਆ ਕਿ ਮੈਂ ਦਹੀਂ ਨਾਲ ਖਾਇਆ ਕਰਦੇ ਹਾਂ ਆ ਮੈਂ ਦਹੀਂ ਪਾ ਲਈ ਲੱਸੀ ਬਣਾ ਲਈ ਨਾਲ ਮੱਖਣੀ ਅਤੇ ਨਾਲ ਖਾਵਾਂਗੇ ਆਲੂ ਵਾਲੇ ਗਰਮ ਗਰਮ ਪਰੌਂਠੇ ਬਾਹਰ ਦਾ ਵਿਊ ਦੇਖੋ ਕਿੰਨਾ ਘੈਂਟ ਆ ਸਨੋ ਸਨੋ ਖੁਰ ਗਈ ਆ ਅਤੇ ਡੈਡੀ ਜੀ ਰੋਟੀ ਪਾਈ ਪਈ ਆ ਮੈਂ ਆਪਣੀ ਵੀ ਪਾ ਲਈ ਆ ਇਕੱਠੇ ਬੈਠ ਕੇ ਖਾਵਾਂਗੇ ਅੱਜ ਨਾਲ ਲੈ ਲਈ ਮੈਂ ਚਟਨੀ ਤਰੀਕੇ ਨਾਲ ਖਾਣ ਲੱਗਿਆ ਵੀ ਚਟਨੀ ਨਾਲ ਖਾਵਾਂਗੇ ਆਪਾਂ ਆਲੂ ਵਾਲਾ ਪਰੌਂਠਾ ਗੱਲ ਤਾਂ ਉਹੀ ਆ ਵੀ ਕਚੌਰੀ ਹੋ ਬਣ ਗਈ ਇੱਕ ਹਿਸਾਬ ਦੀ ਪਕੌੜੀ ਨੇ ਫਿਰ ਅਸੀਂ ਡੈਡੀ ਹੋਣਾ ਫਿਰ ਸ਼ਨੈਲ ਨੇ ਜਾਣਾ ਹਨਾ ਸ਼ਨੈਲ ਆਪਾਂ ਪੁਰਾਣੇ ਘਰੇ ਵੀ ਜਾਣਾ ਹੁਣ ਤਾਂ ਗੈਸ ਖਰਾਬ ਹੋ ਗਿਆ ਮੈਂ ਆ ਗਈ ਸੀ ਨੀਚੇ ਸ਼ਨੈਲ ਚੱਲੀ ਸੀ ਪਾਰਕ ਦੇ ਵਿੱਚ ਖੇਡਣ ਅਤੇ ਮੈਂ ਹੁਣ ਹੋਣ ਲੱਗਿਆ ਡੈਡੀ ਮੈਂ ਤੁਹਾਨੂੰ ਆਲਰੇਡੀ ਦੱਸਿਆ ਸੀਗਾ ਕਿ ਮੇਰੇ ਕੋਲ ਨਾ ਦੋ ਸੂਟਸ ਆਏ ਸੀਗੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੋ ਮੈਂ ਬਹੁਤ ਕਨਫਿਊਜ਼ਡ ਹਾਂ ਸੋ ਇੱਕ ਤਾਂ ਮੈਨੂੰ ਦੀ ਨੇ ਆਹ ਵਾਲਾ ਸੂਟ ਭੇਜਿਆ ਸੀਗਾ ਸੀ ਅਨਾਰਕਲੀ ਸੂਟ ਆ ਨੀਚੇ ਘੇਰੇ 'ਤੇ ਇੱਦਾਂ ਦੇ ਫੁੱਲ ਬਣੇ ਹੋਏ ਨੇ ਪ੍ਰਿੰਟਿਡ ਸੂਟ ਆ ਬਹੁਤ ਪਿਆਰਾ ਲੱਗਣਾ ਗਰਲਿਸ਼ ਅਤੇ ਇੱਦਾਂ ਦਾ ਸਲੀਵਸ ਦੇਖੋ ਕਿੰਨੀਆਂ ਪਿਆਰੀਆਂ ਨੇ ਹਨਾ ਅਤੇ ਨੇੜੇ ਤੋਂ ਤੁਹਾਨੂੰ ਦਿਖਾਵਾਂ ਤਾਂ ਇਹਦੇ 'ਤੇ ਇੱਦਾਂ ਦਾ ਵਰਕ ਹੋਇਆ ਹੋਇਆ ਸੀ ਫੁੱਲਾਂ ਜਿਹਦੇ ਉੱਪਰ ਸੋ ਬਹੁਤ ਪਿਆਰਾ ਲੱਗਦਾ ਅਤੇ ਨੇਲ ਪੋਲਿਸ਼ ਦੀ ਤੁਹਾਨੂੰ ਗੱਲ ਦੱਸਦੇ ਨੇਲਸ ਮੈਂ ਰਿਮੂਵ ਕਰ ਲਏ ਸੀਗੇ ਅਤੇ ਹੁਣ ਇਹ ਇੰਨੇ ਖੁਰਦੜੇ ਜਿਹੇ ਹੋ ਗਿਆ ਕਿਉਂਕਿ ਮੈਂ ਰਾਤ ਇਹਨਾਂ ਦੇ ਉੱਪਰ ਨਾ ਨੇਲਸ ਲਗਵਾ ਲਏ ਪ੍ਰੈਸ ਔਨ ਉਹ ਜਮ੍ਹਾਂ ਨਹੀਂ ਸੀ ਚੱਲ ਰਹੇ ਅਤੇ ਫਿਰ ਮੈਂ ਨੇਲ ਪੋਲਿਸ਼ ਲਾ ਲਈ ਉਹ ਵੀ ਉੱਤਰ ਗਈ ਕਿਉਂਕਿ ਮੈਨੂੰ ਹੁਣ ਨੇਲ ਪੋਲਿਸ਼ ਲਾਉਣ ਦਾ ਹਿਸਾਬ ਜਮ੍ਹਾਂ ਹੀ ਨਹੀਂ ਹੈਗਾ ਠੀਕ ਆ ਸੋ ਇੱਕ ਇਹ ਸੂਟ ਸੀਗਾ ਇੱਕ ਮੈਂ ਤੁਹਾਡੇ ਨਾਲ ਹੋਰ ਸੂਟ ਸ਼ੇਅਰ ਕਰਦੀ ਹਾਂ ਸੋ ਉਹ ਹੈਗਾ ਸੀਗਾ ਇੱਦਾਂ ਦਾ ਬਲੈਕ ਦੀ ਨੇ ਭੇਜਿਆ ਸੀ ਬਹੁਤ ਪਿਆਰਾ ਹੁਣ ਇੱਧਰ ਸਿੱਧਾ ਅਤੇ ਇਹ ਵੀ ਘੇਰੇ ਤੋਂ ਨਾਰਕਲੀ ਹੈਗਾ ਇਹਦੇ ਨਾਲ ਪਲਾਜ਼ੋ ਅਤੇ ਇੱਦਾਂ ਦਾ ਵਰਕ ਹੋਇਆ ਘੇਰਾ ਬਹੁਤ ਬਹੁਤ ਹੈਵੀ ਆ ਹੁਣ ਮੈਂ ਇੰਨੀ ਕਨਫਿਊਜ਼ ਹੋਈ ਪਈ ਹਾਂ ਕਿ ਮੈਂ ਦੋਨਾਂ 'ਚੋਂ ਕਿਹੜਾ ਸੂਟ ਪਾ ਕੇ ਜਾਵਾਂ ਆਪਾਂ ਦੀਪਾਂ ਦੀ ਕੇ ਚੱਲੇ ਸੀ ਨਾ ਜਮਾਂ ਆਈਡੀਆ ਨਹੀਂ ਹੈਗਾ ਕਿ ਕਿਹੜਾ ਜਚੂਗਾ ਬਲੈਕ ਦੋਨੋਂ ਬਲੈਕ ਇੱਕ ਤਾਂ ਮੈਨੂੰ ਬਲੈਕ ਸੋਹਣਾ ਤਾਂ ਬਹੁਤ ਲੱਗਦਾ ਪਰ ਮੈਂ ਸੋਚਦੀ ਮੈਂ ਫੁੱਲਾਂ ਵਾਲੇ ਦੇ ਨਾਲ ਚੱਲ ਜਾਂਦੀ ਹਾਂ ਹੈ ਨਾ ਸੋ ਮੈਂ ਫੁੱਲਾਂ ਵਾਲਾ ਪਾਊਂਗੀ ਅਤੇ ਮੇਕਅਪ ਕਰਦੇ ਹਾਂ ਆਪਾਂ ਆਪਣਾ ਅਤੇ ਜੇ ਗਾਇਜ਼ ਮੈਂ ਆਲਮੋਸਟ ਰੈਡੀ ਹੋ ਚੁੱਕੀ ਹਾਂ ਮੈਂ ਆਈਲੈਸ਼ਸ ਵਗੈਰਾ ਲਗਾ ਲਈਆਂ ਨੇ ਅਤੇ ਗਾਇਜ਼ ਮੈਂ ਟਿਊਟੋਰੀਅਲ ਨਾ ਇਹਦਾ ਇਸ ਵਾਰੀ ਟਿਕਟੋਕ 'ਤੇ ਪਾਇਆ ਮੈਂ ਕੋਈ ਨਾ ਇੱਥੇ ਸ਼ਾਰਟਸ ਦੇ ਵਿੱਚ ਵੀ ਪਾ ਦੂੰਗੀ ਸੋ ਤੁਸੀਂ ਉੱਥੋਂ ਜਾ ਕੇ ਵੀ ਮੇਰੇ ਵੀਡੀਓਜ਼ ਦੇਖ ਸਕਦੇ ਹੋ ਅਤੇ ਹੁਣ ਮੈਂ ਲਗਾਉਣ ਲੱਗੀ ਸੀ ਲਿਪਸਟਿਕ ਅਤੇ ਪਹਿਲਾਂ ਆਪਾਂ ਕਰਾਂਗੇ ਓਵਰ ਲਾਈਨ ਅਤੇ ਮੈਂ ਹੁਣ ਦੇਖਦੀ ਕਿ ਮੈਂ ਕਿਹੜੀ ਲਿਪਸਟਿਕ ਲਗਾ ਕੇ ਚੱਲੂੰਗੀ ਉੱਦਾਂ ਤਾਂ ਸੂਟ ਦੇ ਵਿੱਚ ਪਿੰਕ ਜਿਹਾ ਕਲਰ ਹੈਗਾ ਪਰ ਮੈਂ ਪਿੰਕ ਲਿਪਸਟਿਕ ਬਹੁਤ ਘੱਟ ਲਗਾਉਂਦੀ ਹਾਂ ਮੈਂ ਨੂਡ 'ਚ ਲਿਪਸਟਿਕ ਲਗਾਉਣੀ ਹੁੰਦੀ ਹਾਂ ਚਲੋ ਦੇਖਦੇ ਹਾਂ ਵੀ ਅੱਜ ਕੀ ਲਗਾ ਕੇ ਜਾਂਦੇ ਆਪਾਂ ਗਾਇਸ ਮੇਰਾ ਮੇਕਅਪ ਹੋ ਗਿਆ ਸੀ ਕੰਪਲੀਟ ਅਤੇ ਹੁਣ ਮੈਂ ਪਾਉਣ ਲੱਗੀ ਹਾਂ ਸੂਟ ਅਤੇ ਜਿਹੜਾ ਸੂਟ ਮੈਂ ਡਿਸਾਈਡ ਕਰ ਲਿਆ ਆ ਉਹ ਹੈਗਾ ਜੀ ਆਹ ਵਾਲਾ ਸੂਟ ਕਿਉਂਕਿ ਮੈਂ ਇਹਦੇ ਨਾਲ ਦਾ ਮੇਕਅਪ ਕੀਤਾ ਮੈਨੂੰ ਇਹ ਲੱਗਿਆ ਸੀਗਾ ਵੀ ਖਿੜਵਾਂ ਖਿੜਵਾਂ 'ਚ ਲੱਗੂਗਾ ਹੈ ਨਾ ਸੋਹਣਾ ਲੱਗਣਾ ਚਾਹੀਦਾ ਸੋ ਇਹ ਮੈਂ ਪਾਉਣ ਲੱਗੀ ਹਾਂ ਪਾ ਕੇ ਫਿਰ ਮੈਂ ਤੁਹਾਨੂੰ ਸਾਰੇ ਲੁੱਕ ਦਿਖਾਉਂਦੀ ਹਾਂ ਮੈਂ ਬਹੁਤ ਐਕਸਾਈਟਿਡ ਹਾਂ ਗਾਇਸ ਮੈਂ ਜਮਾਂ ਰੈਡੀ ਹੋ ਗਈ ਸੀਗੀ ਅਤੇ ਪਤਾ ਨਹੀਂ ਕਿਉਂ ਇੱਧਰ ਵਾਲੀ ਸਾਈਡ ਦਾ ਮੇਰੇ ਏਅਰਸ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੁੰਦਾ ਇਹ ਵਾਲਾ ਨਾ ਪੈ ਹੀ ਨਹੀਂ ਰਿਹਾ ਨਾਲੇ ਇੰਨਾ ਲਾਈਟ ਵੇਟ ਆ ਪਰ ਉਦਾਂ ਤੁਸੀਂ ਦੇਖੋ ਸੂਟ ਵਗੈਰਾ ਦੀ ਫਿਟਿੰਗ ਬਹੁਤ ਸੋਹਣੀ ਆਈ ਆ ਪਰ ਆਹ ਚੀਜ਼ ਇੰਨੀ ਸੋਹਣੀ ਇੰਨੀ ਮੈਚ ਕਰਦੀ ਹੈ ਨਾ ਪਰ ਹੁਣ ਜੇ ਨਾ ਪਿਆ ਨਾ ਸਾਰੀ ਟੌਹਰ ਹੀ ਖਰਾਬ ਹੋ ਜਾਣੀ ਹੈ ਕਿਉਂਕਿ ਮੈਂ ਪਾਉਣਾ ਹੀ ਪਾਉਣਾ ਕਿਉਂਕਿ ਮੈਂ ਘਰ ਏਅਰਿੰਗਸ ਮੇ ਵੀ ਕਿ ਘਰ ਨਾ ਮੈਂ ਉਹ ਪਾ ਕੇ ਨਹੀਂ ਰੱਖਦੀ ਏਅਰਿੰਗਸ ਤਾਂ ਕਰਕੇ ਨਾ ਮੈਨੂੰ ਲੱਗਦਾ ਔਖਾ ਹੋ ਜਾਂਦਾ ਨਾ ਹਾਂ ਦੱਸੋ ਕਿ ਮੇਰੀ ਓਵਰਆਲ ਲੁੱਕ ਕਿੱਦਾਂ ਲੱਗੀ ਤੁਹਾਨੂੰ ਸਾਰਿਆਂ ਨੂੰ ਜੇ ਵਧੀਆ ਲੱਗੀ ਨਾ ਤਾਂ ਕਮੈਂਟ ਜ਼ਰੂਰ ਕਰ ਦਿਓ ਇੱਕ ਠੀਕ ਆ ਬਿੰਦੀ ਲਾਵਾਂ ਜਾਂ ਨਾ ਆਈ ਥਿੰਕ ਇੱਦਾਂ ਠੀਕ ਆ ਬਿੰਦੀ ਨਾਲ ਟੂ ਮੱਚ ਹੋ ਜਾਂਦਾ ਹਨਾ ਸੋ ਅੱਜ ਬਿੰਦੀ ਰਹਿਣ ਦਿੰਦੇ ਹਾਂ ਐਂਡ ਆਪਣਾ ਪਿਆਰਾ ਪਿਆਰਾ ਦੁਪੱਟਾ ਸੋ ਦੁਪੱਟੇ ਦੇ ਜਿਵੇਂ ਤੁਹਾਨੂੰ ਦੱਸਿਆ ਸੀ ਨੀਚੇ ਫੁੱਲ ਬਣੇ ਹੋਏ ਆ ਅਤੇ ਇੱਦਾਂ ਦੁਪੱਟਾ ਤਿਲਕਣਾ ਇਹ ਮੈਂ ਇੱਦਾਂ ਕਰਕੇ ਇੱਦਾਂ ਰੱਖ ਪਰਫੈਕਟ ਹੁਣ ਮੈਂ ਚੱਲਦੀ ਹਾਂ ਉੱਪਰ ਕਿਉਂਕਿ ਅਸੀਂ ਬਹੁਤ ਸਾਰਾ ਫੋਟੋ ਸ਼ੂਟ ਵੀ ਕਰਨਾ ਜਾਣ ਤੋਂ ਪਹਿਲਾਂ ਪਹਿਲਾਂ ਅਤੇ ਸੂਟਸ ਦੀਆਂ ਫੋਟੋ ਕਰਾਂਗੇ ਸੋਹਣੇ ਸੋਹਣੀਆਂ ਅਤੇ ਮਿਲਦੇ ਹਾਂ ਫਿਰ ਦੀਪਾਂ ਦੀ ਕੇ ਘਰੇ ਪੜਦੇ ਅਤੇ ਸੋ ਹੁਣ ਹੋ ਗਿਆ ਸਾਡਾ ਚਾਹ ਟਾਈਮ ਰੈਡੀ ਸ਼ੈਡੀ ਹੋ ਗਿਆ ਅਸੀਂ ਹਲੇ ਪਾਰਟੀ 'ਤੇ ਜਾਣਾ ਸੀ ਉਦੋਂ ਪਹਿਲਾਂ ਅਸੀਂ ਰੈਡੀ ਹੋ ਗਏ
ਤੇ ਹੁਣ ਵਿਹਲੇ ਬੈਠ ਗਏ ਹੁਣ 3 ਘੰਟੇ ਪਹਿਲਾਂ ਰੈਡੀ ਹੋ ਗਏ 6 ਵਜੇ ਤੁਰਨਾ ਤੇ ਆਪਾਂ ਪੂਰੇ ਰੈਡੀ ਹੋ ਕੇ ਚਾਹ ਪੀਣ ਲੱਗੇ ਸਾਰੇ ਜਿਹੜੇ ਚਾਹ ਪੀ ਜਾਂਦੇ ਨੇ ਉਹ ਡੈਡੀ ਜੀ ਹੈਲੋ ਜਿਹੜੀ ਠੀਕ ਆ ਸਾਰੇ ਤੇ ਆ ਤਾਂ ਹੋਣਗੇ ਇੰਨਾ ਟਾਈਮ ਲਾਤਾ ਤੇ ਇਥੇ ਤੇ ਲੱਖ ਲਾਰਾ ਪੈ ਭਈ ਆਸਕਰ ਸਾਬੂ ਜੂ ਰੈਡੀ ਹੋ ਗਏ ਸਾਹਿਬ ਜੀ ਵੱਡੇ ਸਾਹਿਬ ਜੀ ਤੇ ਮੰਮੀ ਦਾ ਵੀ ਸੂਟ ਬਹੁਤ ਜੱਚਦਾ ਮੰਮੀ ਦਾ ਅੱਜ ਮੈਂ ਜੂੜਾ ਕੀਤਾ ਨਵੇਂ ਸਟਾਈਲ ਨਾਲ ਮੰਮੀ ਉਧਰ ਨੂੰ ਦੇਖਿਓ ਮੰਮੀ ਨੇ ਅੱਜ ਕਲਿੱਪ ਲਾਤਾ ਮੰਮੀ ਕਹਿੰਦੇ ਤਾਂ ਮੈਨੂੰ ਵਿਆਹ ਵਾਂਗੂ ਰੈਡੀ ਕਰਤਾ ਮੈਂ ਕਿਹਾ ਕੋਈ ਨਾ ਕਲਿੱਪ ਆਪਾਂ ਮੰਗਾਏ ਨਹੀਂ ਇਹਨਾਂ ਨੂੰ ਆਪਾਂ ਫਾਇਦਾ ਚੱਕਣਾ ਅੱਜ ਡੈਡੀ ਜੀ ਨੇ ਮੈਚਿੰਗ ਕਿਸੇ ਨਾਲ ਨਹੀਂ ਕੀਤੀ ਹੈ ਮੰਮੀ ਸ਼ਨੈਲ ਨਾਲ ਕੀਤੀ ਆ ਇਹਦੇ ਵਾਸਤੇ ਹਾਏ ਸ਼ਨੈਲ ਕਿੰਨੀ ਸੋਹਣੀ ਲੱਗਦੀ ਆ ਚੱਲ ਆ ਜਾ ਇਹ ਨਹੀਂ ਪਾਉਣੇ ਮੈਂ ਹੋ ਗਈ ਜਮਾਂ ਰੈਡੀ ਅਤੇ ਅਸੀਂ ਸਾਰੇ ਜਣੇ ਪੂਰੇ ਰੈਡੀਆਂ ਆਸਕਰ ਸ਼ਨੈਲ ਮੰਮੀ ਹੋਣੀ ਅਤੇ ਹੁਣ ਆਪਾਂ ਚੱਲਦੇ ਹਾਂ ਬਾਹਰ ਅਤੇ ਸੂਟ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਫੁੱਲ ਲੁੱਕ ਸੂਟ ਦੀ ਕਿਵੇਂ ਲੱਗੀ ਚੱਲੇ ਵੀ ਚੱਲੇ ਸਾਰੇ ਜਣੇ ਪੂਰੀ ਸਾਰਾ ਫੁੱਲ ਅਸੀਂ ਚੱਲੇ ਚੱਲੇ ਵੀ ਬੱਲੇ 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 ਵੀ ਮੰਮੀ ਹੈਲੋ ਕਰ ਦਿਓ ਚਲੋ ਹਾਂਜੀ ਸ਼ਨੈਲ ਕਿੱਥੇ ਆ ਸਾਡਾ ਬਹੁਤ ਸੋਹਣਾ ਕੱਦੂ ਉਹ ਪਰਸ ਚੱਕ ਲਿਆ ਸ਼ਨੈਲ ਨੇ ਪਹੁੰਚ ਗਏ ਜੀ ਰਾਜ ਦੀ ਵੀਰ ਜੀ ਕੇ ਘਰੇ ਪਵਨ ਦੀ ਮੰਮੀ ਮੈਂ ਆਸਕਰ ਸਾਰੇ ਜਣੇ ਪਹੁੰਚ ਗਏ ਆ ਅੰਦਰ ਜਾ ਕੇ ਦਿਖਾਉਂਦੇ ਆ ਮਾਹੌਲ ਤੁਹਾਨੂੰ ਆ ਜਾਓ ਜੀ ਅੰਦਰ ਜੈਸਿਕਾ ਤੇਰਾ ਬਰਥਡੇ ਅੱਜ ਕਿੰਨੇ ਸਾਲ ਦਾ ਹੋ ਗਿਆ ਆਸਕਰ ਦਾ ਬਾਹਲਾ ਸੋਹਣਾ ਲੱਗਦਾ ਇੱਧਰ ਨੂੰ ਲੈ ਕੇ ਆਇਆ ਡੈਡੀ ਇੱਕ ਵੀ ਆਸਕਰ ਖੜਾ ਹੋਊਗਾ ਖੜਾ ਹੋ ਜਾ ਖੜਾ ਹੋ ਜਾ ਡਾਕਟਰ ਬਣਿਆ ਹੋਇਆ ਅੱਜ ਪਿੰਡ ਵਿੱਚ ਇਹਨੂੰ ਡਾਕਟਰ ਡਾਕਟਰ ਕਹਿੰਦੇ ਆ ਕਿੰਨਾ ਸੋਹਣਾ ਲੱਗਦਾ ਰਾਜ ਦੀ ਵੀਰ ਜੀ ਤੇ ਦੀਪਾ ਦੀ ਇਹਨਾਂ ਦਾ ਪੂਰੀ ਮੈਚਿੰਗ ਕੀਤੀ ਰਾਜ ਦੀ ਵੀਰ ਜੀ ਨੇ ਪੱਗ ਬੰਨੀ ਆ ਤੇ ਜੈਸਿਕਾ ਤੇ ਜੰਨਤ ਨੇ ਮੈਚਿੰਗ ਕੀਤੀ ਆ ਤੇ ਕੇਕ ਤੇ ਉੱਪਰ ਜਿਹੜੀ ਲਗਾਉਣ ਲੱਗਿਆ ਕੈਂਡਲ ਉਹ ਹੈਗਾ 5 ਹੋ ਗਈ ਜੈਸਿਕਾ 5 ਈਅਰਸ 올ਡ ਹੋ ਗਈ ਆ ਜੀ ਬਰਥਡੇ ਦੇਖ ਲਾ ਤੇਰੇ ਬਰਥਡੇ ਦੇਖ ਲਾ ਦੀਦੀ ਦਾ ਆਸਕਰ ਤਾਂ ਪੂਰਾ ਸਾਹਿਬ ਜੀ ਬਣਿਆ ਬੈਠਾ ਲੈ ਪੂਰਾ ਗੁਰਗੁਰੂ ਜਿਹਾ ਬਣਿਆ ਬੈਠਾ ਜਿਵੇਂ ਸਾਰਿਆਂ ਦਾ ਬੌਸ ਹੁੰਦਾ ਨਿੱਕਾ ਬੌਸ ਆਸਕਰ ਬੌਸ ਕੈਂਟੀਆ ਲਾ ਕੇ ਆ ਕੈਂਟੀਆ ਲੈ ਆ ਨਵੀਂ ਜਾਈ
ਆ ਮਣਾ ਦਿਖਾਇਓ ਦੁੰਨੇ ਆਣੀਆਂ ਮੈਨੂੰ ਮਣਾ ਦੁੰਨੇ ਲੈਣੀਆਂ ਲੈ ਲੈ ਹਾਂ ਵੀ ਠੀਕ ਆ ਆ ਸਨੈਕਸ ਅਸ ਕੇ ਇੱਧਰ ਦੇਖ ਪੁੱਤ ਇੱਧਰ ਨਾ ਦਿਖਾਓ ਕੈਂਡੀਆਂ ਤੇ ਹੋਰ ਹੁੰਦੀ ਹੈ ਬੈਣ साडी ना भी सारी फैमिली बहुत ज्यादा शौकीन आ फोटो कराने की सारे उदी कट्ठे हो गए ग्रुप दे विच हले थोड़ी फैमिली इधर उधर भी खड़ी आ पर असीं चलो मेन मेन ना असीं सारे कट्ठे हो गए आ ते नवी ने बहुत साडियां फोटो कीतियां भी तो शनैल देख लो तो साडा ऑस्कर देख लो जैसिका जन्नत अमान तरनव सारे जने असीं खड़े हाँ तो फोटो जदों करवा ली चलो हुंदा भी कम सारा हो गया सारे फोटो कराते लगे हुए एक दूजे कर असी ना भी ऑर्डर कर ले सी हुण पीजे बहुत डिफरेंट तरह के पीजे बहुत घेंट लग रहे ने स्पैशल पीजा हरप्रीत जी ने कहा सीगा भी इत्थों ऑर्डर करो तो यम्मी लग रहा बाकी खा के पता लगेगा मैं इत्थे बैठी सी आपां हुण घरे चलिया चलिए घरे फिर नहीं आज नहीं खेडना हले खेडना नहीं पुत खाणो आज खेडना हले खेडना अस्कर तो की करिया ना आजा उदी रो ले आजो आज खेल ल खेल ल खेल ल ਕਾਇਸ ਮੇਕਅਪ ਮੇਰਾ ਹਲੇ ਤੱਕ ਉਦਾਂ ਹੀ ਪਿਆ ਸੋ ਤੁਸੀਂ ਇਹ ਜਿਹੜਾ ਟੂਟੋਰੀਅਲ ਮੈਂ ਸ਼ੇਅਰ ਕੀਤਾ ਜ਼ਰੂਰ ਦੇਖਿਓ ਤੇ ਆਪਾਂ ਸਵੇਰ ਤੋਂ ਮੈਂ ਮੇਕਅਪ ਕੀਤਾ ਸੀ ਹਲੇ ਤੱਕ ਸੇਮ ਪਿਆ ਬਲੋ ਡਰਾਈ ਜਿਹੜਾ ਕੀਤਾ ਸੀ ਉਹ ਸੇਮ ਪਿਆ ਪੂਰੀ ਉਦਾਂ ਹੀ ਲੁੱਕ ਪਈ ਹੈ ਜਿੱਦਾਂ ਆਪਾਂ ਆਏ ਸੀ मैं ट्राई करती सी भी ऑस्कर सौ जाए तो इन कंबली जी दिती सी पर नहीं सौंदा पूरा एक्टिव होया बैठा इन जमा नींद नहीं आ रही इन्नी लेट हो गए हूँ बस असी घर जाने ही लगे पीज़ा पूज़ा खा के मम्मी देखी जाते भी केड़ा पीज़ा खाया जाए फिर आप घर चलते थोनों सारे पता ही अपना पुराना घर रेंट दे दिता हुआ सी ना वह ना आ नवा ही अपना जो गैस सगा आह स्टोव जिन्हों कहें आह ये खराब हो गया सीगा ते फिर हुण इहदे विच जिहड़े कोयल सीगे मैं नवीं ऑर्डर कीतियां सीगियां डैडी जी ते मैं ते जेड़ी इन्नी लेट नाइट आए आपां इधर क्योंकि वह कहिंदे ना भी तुसीं आ के जायो पार्टी तो बाद ही सानूं वज गया एक इन्नी लेट हुण असीं इधर फिक्सिंग करन आया सारा कुछ भाई पुराने घर आए थे थोड़ा जिहा काम करना सीगा गैस का जिहड़ी पार्टी तो बाद आ के दिल इन्ना काम करना पैंदा है ना रात नूं 12 1 बजे होया ये कहिंदे आ के जाओ इन्हां दे उह रमदान चलदे आ तां करके सारे कहते हरमन तू कहते डैडी जी कहते फोन तेरा हो पार्सल निकले एक अद्धी रात को सैट करना आया ਜਿਹੜੀ ਕਹਿੰਦੇ ਕੋਈ ਟਾਈਮ ਆ ਕਹਿੰਦੇ ਪਾਰਟੀ ਤੋਂ ਬਾਅਦ ਤੁਸੀਂ ਸਤ ਤੋਂ ਕੰਮ ਕਰਾਈ ਜਾਂਦੇ ਹੋ ਇੰਨੀ ਲੇਟ ਗਰਮੀ ਆ ਗਈ ਕਹਿੰਦਾ ਭਾਣ ਪਰ ਨੂੰ ਕੀ ਨੂੰ ਤੇ ਡਰ ਨਾ ਕਿ ਕਰਦੇ ਹੋ ਇੱਕ ਇੱਕ ਉਹਦੇ ਕੋ ਫਾਇਰ ਪਲੇਸ ਚਲਾਈ ਹਾਂ ਨਹੀਂ ਕਹਿੰਦੇ ਨਹੀਂ ਦੇਗਾ ਹਾਂ ਨਾ ਸੱਚੀ ਗੱਲ ਆ ਅੱਗ ਤਾਂ ਲੱਗਣ ਵਾਲੀ ਹੋਈ ਪਈ ਆ ਨਾ ਡੈਡੀ ਕੋਇਲ ਹੀ ਆ ਨਾ ਅਜੇ ਤਾਂ ਬੰਬ ਖੋਲ ਹੀ ਜਾਣਾ ਕੋਇਲ ਹੀ ਕੋਇਲ ਹੀ ਆ ਸੱਚੀ ਗੱਲ ਨਹੀਂ ਮੇਰੇ ਕਾਲਾ ਉਹ ਬੈਣੀ ਸੀ ਬੁੜੀਆਂ ਨੇ ਟੂਮਾਂ ਨੂੰ ਘਟੀਆਂ ਹੁੰਦੇ ਨਾ ਭੇਟ ਕੇ ਆਏ ਭੇਜਦੇ ਆ ਸਹੀ ਗੱਲ ਆ ਸਹੀ ਗੱਲ ਚੱਲ ਕੋਈ ਅੱਛਾ ਐ ਹੁੰਦਾ ਦੇਖ ਲੋ ਡੈਡੀ ਗਾਇ ਸਾਨੂੰ ਨਾ 300 ਦਾ ਤੇ 200 ਦਾ ਤੇ ਇੱਕ ਦਿੱਤਾ 600 ਦਾ 800 ਦਾ ਚੁੱਲਾ ਨਵਾਂ ਆ ਜਾਂਦਾ ਪਰ ਸੈਮਸੰਗ ਦਾ ਚੁੱਲਾ ਮਹਿੰਗਾ ਬਹੁਤ ਔਖਾ ਹੋਵੇ ਘਰਾਂ ਨੂੰ ਰੱਖਣਾ
ਜਿਹੜੀ ਜੇ ਤੈਨੂੰ ਲਾ ਦਿੰਦੇ ਨਾ ਸੈੱਟ ਕਰਨ ਤੋਂ ਤਾਂ ਬਸ ਕਰਤਾ ਸੀ ਨਾ, ਗਲਤੀ ਕਰ ਦੇਣਾ ਸੀ ਸਾਸ ਜੀ ਨੇ, ਦੋ ਚਾਲ ਦੇ ਜਿਹੜੀ ਨੇ ਉਹ ਵੀ ਸੈੱਟ ਖਰਾਬ ਕਰ ਦੇਣੇ ਸੀ ਅੱਜ। ਬਹੁਤ ਜੀ ਲੱਗਦਾ ਵੀ ਸਾਡਾ, ਬਹੁਤ ਜੀ ਲੱਗਦਾ ਘਰੇ ਵੀ, ਬਹੁਤ ਟਾਈਮ ਕੱਢਿਆ, ਕਿੰਨਾ ਵਧੀਆ ਟਾਈਮ ਸੀ ਨਾ ਜਿਹੜੀ ਆ ਵੀ, ਹੈ ਨਾ ਘਰ ਦੇਖ ਲਾ ਵੀ ਐਂ ਲੱਗਦਾ ਤਾਂ ਨਹੀਂ, ਜਿਹੜੀ ਆਪਣਾ ਵੀ ਇਹ ਘਰ ਪੂਰਾ ਘੈਂਟ ਲੱਗਦਾ ਜਦੋਂ ਨਵਾਂ ਨਵਾਂ, ਜਿਹੜੀ ਐਕਸਟੈਂਡਡ ਕਿਚਨ ਵਗੈਰਾ ਸਾਰਾ ਕੁਛ ਹੈ ਨਾ। ਕਿਉਂ ਚੁੱਪ ਕਰ, ਜਿਹੜੇ ਤੇਰਾ ਕੋਈ ਦਿਮਾਗ ਤਾਂ ਲੱਗ ਨਹੀਂ ਰਿਹਾ ਵਿੱਚ, ਜਿਹੜੀ ਸ਼ੋਅ ਇੱਦਾਂ ਕਰਦਾ ਵੀ ਮੇਰਾ ਪੂਰਾ ਦਿਮਾਗ ਲੱਗਿਆ, ਪਰ ਜਿਹੜੀ ਨੂੰ ਕੁਛ ਨਹੀਂ ਪਤਾ ਡੈਡੀ ਦਾ ਪੂਰਾ ਦਿਮਾਗ ਲੱਗਿਆ ਹੋਇਆ, ਜਿਵੇਂ ਸਵੇਰੇ ਮੇਰਾ ਨੀ ਲੱਗਿਆ ਹੁੰਦਾ ਦਿਨੇ ਸ਼ੋਪ ਤੇ, ਸ਼ੋਪ ਤੇ ਹਾਂ ਡੈਡੀ ਦਾ ਮਤਲਬ ਉਦੋਂ ਵੱਧਦਾ ਉੱਪਰ, ਡੈਡੀ ਪਲਾਨ ਕਹਿ ਨਹੀਂ ਡੈਡੀ ਆਏ ਕਰੀ ਦੇਖੇ ਨੇ ਦੇਖਣ ਵਾਲੀ ਫਿਰ ਮੈਂ ਜਿਹੜੀ ਮਕੈਨਿਕ ਆਪਣੀ, ਥੋੜ੍ਹੀ ਜਿਹੀ ਮਕੈਨਿਕ ਹੀ ਦਿਖਾਓ, ਥੋੜ੍ਹੀ ਜਿਹੀ ਮਕੈਨਿਕ ਹੀ ਉੱਪਰੋਂ ਅੱਧੀ ਰਾਤ ਨੂੰ ਫੋਨ ਤੇ ਫੋਨ, ਮੇਰੀ ਈਅਰਿੰਗਸ ਮੈਨੂੰ ਬਹੁਤ ਸੋਹਣੇ ਲੱਗੇ ਸੀ, ਘਰੇ ਜਾਣਾ ਕੱਪੜੇ ਚੇਂਜ ਕਰਨੇ ਨੇ, ਮੇਕਅਪ ਉਤਾਰਨਾ ਆ, ਬਹੁਤ ਕੰਮ ਆ, ਉੱਤੋਂ ਕੱਲ੍ਹ ਨੂੰ ਮੇਰੀ ਕੋਈ ਮੈਂ ਪੇਪਰ ਜਿਹਦੀ ਤਿਆਰੀ ਕਰਨੀ, ਮਤਲਬ ਕਿ ਕੁਛ ਪੜ੍ਹਨਾ, ਕਿਉਂਕਿ ਮੈਂ ਇੱਕ ਨਵਾਂ ਕੋਰਸ ਕਰ ਰਹੀ ਹਾਂ ਉਹਦੇ ਰਿਲੇਟਿਡ, ਸਾਰਾ ਕੁਛ ਪੜ੍ਹਾਈ ਕਰਨੇ, 8-9 ਕੋਰਸਿਸ ਹੈਗੇ। ਕਲੋਜ਼ ਅਪ ਦੇਖ ਲਓ ਗਾਈਸ, ਇੱਦਾਂ ਦਾ ਹੁੰਦਾ ਕੋਇਲ, ਦੇਖਦੇ ਹੁਣ ਫਿੱਟ ਹੁੰਦਾ ਕਿ ਨਹੀਂ, ਬਹੁਤ ਲੇਟ ਹੋ ਗਏ ਵਿਚਾਰਿਆਂ ਦਾ, ਘੰਟਾ ਲੱਗ ਗਿਆ। ਹਾਂ ਨੈਕਸਟ ਵਲੌਗ 'ਚ ਮਿਲਾਂਗੇ, ਠੀਕ ਹੈ ਜੀ।